ਤਾਂ ਹੁਣ ਉਸ ਚੀਜ਼ ਨੂੰ ਵਿਜ਼ੂਅਲਾਈਜ਼ ਕਰਨ ਲਈ, ਲੈਟ ਗੋ ਕਰਨ ਲਈ ਤੁਸੀਂ ਆਰਾਮ ਨਾਲ ਇੱਕ ਪਲੇਸ 'ਤੇ ਬੈਠ ਜਾਓ। ਆਪਣੀ ਆਈਜ਼ ਆਰਾਮ ਨਾਲ ਕਲੋਜ਼ ਹੋ ਜਾਣ ਦਿਓ। ਬਿਲਕੁਲ ਕੰਫਰਟੇਬਲ ਹੋ ਕੇ ਕਿਸੇ ਵੀ ਚੇਅਰ 'ਤੇ ਜਾਂ ਕਿਤੇ ਵੀ ਤੁਸੀਂ ਬੈਠ ਸਕਦੇ ਹੋ। ਆਪਣੀ ਬਾਡੀ ਨੂੰ ਬਿਲਕੁਲ ਰਿਲੈਕਸ ਕਰ ਦੇਣਾ, ਸ਼ਾਂਤ ਕਰ ਦੇਣਾ, ਕਾਮ ਕਰ ਦੇਣਾ। ਅਤੇ ਹੁਣ ਇਸ ਮਨ ਦੀਆਂ ਅੱਖਾਂ ਨਾਲ ਅਸੀਂ ਇੱਕ ਪਿਕਚਰ ਬਣਾਵਾਂਗੇ। ਅਸੀਂ ਸੋਚਾਂਗੇ ਕਿ ਅਸੀਂ ਬ੍ਰਹਿਮੰਡ ਦੇ ਵਿੱਚ ਹਾਂ, ਉਸ ਆਕਾਸ਼ ਦੇ ਵਿੱਚ। ਅਤੇ ਅਸੀਂ ਆਪਣੇ ਆਪ ਨੂੰ ਇੱਕ ਮੈਗਨੇਟ ਦੀ ਤਰ੍ਹਾਂ ਦੇਖਾਂਗੇ। ਇੱਕ ਵੱਡਾ ਸਾਰਾ ਚੁੰਬਕ, ਉਹ ਮੈਗਨੇਟ ਅਸੀਂ ਹੀ ਹਾਂ। ਜਿਵੇਂ ਉਸਦੇ ਦੋ ਪੋਲ ਹੁੰਦੇ ਨੇ, ਨੌਰਥ ਪੋਲ ਅਤੇ ਸਾਊਥ ਪੋਲ, ਇਵੇਂ ਸਾਡੇ ਵੀ ਦੋ ਪੋਲ ਨੇ। ਅਸੀਂ ਦੂਰ ਬ੍ਰਹਿਮੰਡ 'ਚ, ਆਕਾਸ਼ ਵਿੱਚ ਇੱਕ ਮੈਗਨੇਟ ਦੀ ਤਰ੍ਹਾਂ ਆਪਣੇ ਆਪ ਨੂੰ ਫੀਲ ਕਰਾਂਗੇ। ਜਦੋਂ ਤੁਹਾਨੂੰ ਇੱਕ ਲੰਬਾ ਮੈਗਨੇਟ ਨਜ਼ਰ ਆਉਣ ਲੱਗ ਜਾਏ, ਤਾਂ ਉਸ ਤੋਂ ਬਾਅਦ ਨੈਕਸਟ ਅਸੀਂ ਫੀਲ ਕਰਾਂਗੇ ਕਿ ਉਸ ਮੈਗਨੇਟ ਦੇ ਸਾਰੇ ਪਾਸਿਓਂ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜਿਆ ਹੋਇਆ, ਪਰ ਉਹ ਚੀਜ਼ਾਂ ਸਾਰੀਆਂ ਉਹੀ ਨੇ ਜੋ ਤੁਹਾਨੂੰ ਸਰਵ ਨਹੀਂ ਕਰ ਰਹੀਆਂ। ਸਮਝ ਲਓ ਕਿ ਕੁਛ ਸੰਗਲ ਨੇ, ਕੁਛ ਰੋਪ ਨੇ। ਉਸ ਰੋਪ ਨਾਲ ਉਹ ਚੀਜ਼ਾਂ ਲਟਕੀਆਂ ਹੋਈਆਂ, ਉਸ ਰੋਪ ਨਾਲ ਉਹ ਕੁਛ ਪਰਸਨ ਵੀ ਹੋ ਸਕਦੇ ਹੈ, ਕੁਛ ਇਮੋਸ਼ਨਸ ਵੀ ਹੋ ਸਕਦੀਆਂ, ਕੁਛ ਚੀਜ਼ਾਂ ਤੁਸੀਂ ਲੋਹੇ ਜਾਂ ਕਿਸੇ ਵੀ ਤਰ੍ਹਾਂ ਤੁਹਾਨੂੰ ਉਹ ਚੀਜ਼ ਵਿਜ਼ੂਅਲਾਈਜ਼ ਹੋ ਰਹੀ ਹੈ, ਤੁਸੀਂ ਉਸ ਨੂੰ ਦੇਖੋ ਕਿ ਇੱਕ ਮੈਗਨੇਟ ਹੈ। ਮੈਗਨੇਟ ਦੇ ਇੱਕ ਪੋਲ ਦੇ ਉੱਤੇ ਰੱਸੀਆਂ ਨਾਲ ਜਾਂ ਸੰਗਲਾਂ ਨਾਲ ਕੁਛ ਚੀਜ਼ਾਂ ਬੰਨੀਆਂ ਹੋਈਆਂ ਨੇ। ਉਹ ਸਭ ਐਸਾ ਕਚਰਾ ਟਾਈਪ ਲੱਗ ਰਿਹਾ ਜੋ ਤੁਹਾਨੂੰ ਨਹੀਂ ਚਾਹੀਦਾ। ਹੁਣ ਤੁਸੀਂ ਕੀ ਕਰੋ ਕਿ ਉਹ ਸੰਗਲ ਜਾਂ ਕੁਛ ਜਿਸ ਨਾਲ ਵੀ ਉਹ ਚੀਜ਼ਾਂ ਜੁੜੀਆਂ ਹੋਈਆਂ ਨੇ, ਉਸਨੂੰ ਪਕੜੋ, ਇੱਕ ਇੱਕ ਕਰਕੇ ਉਸਨੂੰ ਨੀਚੇ ਸੱਟਦੇ ਜਾਓ। ਜਿਵੇਂ ਹੀ ਤੁਸੀਂ ਉਹ ਸੰਗਲ ਤੋਂ ਚੀਜ਼ ਉਤਾਰੀ ਤਾਂ ਉਹ ਨੀਚੇ ਗਿਰੇਗੀ ਅਤੇ ਤੁਹਾਡੀਆਂ ਨਜ਼ਰਾਂ ਤੋਂ ਬਹੁਤ ਦੂਰ ਜਾਂਦੀ ਜਾਏਗੀ। ਤਾਂ ਸਮਝੋ ਇੱਕ ਚੀਜ਼ ਉਹ ਉਤਾਰੀ ਅਤੇ ਉਹ ਦੂਰ ਤੁਹਾਡੀਆਂ ਅੱਖਾਂ ਤੋਂ ਗਾਇਬ ਹੁੰਦੀ ਜਾ ਰਹੀ। ਹੁਣ ਜੋ ਵੀ ਚੀਜ਼ ਤੁਹਾਨੂੰ ਆਪਣੀ ਲਾਈਫ ਨਹੀਂ ਚਾਹੀਦੀ, ਤੁਸੀਂ ਸੋਚੋ ਕਿ ਉਹ ਐਂਗਰ, ਉਹ ਹੇਟਰਡ, ਉਹ ਵੀ ਉਹਦੇ ਨਾਲ ਬੰਨਿਆ ਹੋਇਆ ਸੀ, ਉਹ ਵੀ ਛੱਡ ਦਿੱਤਾ ਤੁਸੀਂ। ਕੋਈ ਚੀਜ਼ ਜੋ ਤੁਹਾਨੂੰ ਨਹੀਂ ਚਾਹੀਦੀ ਉਹ ਵੀ ਉਸ ਤੋਂ ਉਤਾਰੀ ਅਤੇ ਉਹਨੂੰ ਛੱਡ ਦਿੱਤੀ ਅਤੇ ਦੂਰ ਆਪਣੀਆਂ ਅੱਖਾਂ ਤੋਂ ਅਲੋਪ ਹੁੰਦੇ ਦੇਖੋ। ਹੌਲੀ ਹੌਲੀ ਤੁਸੀਂ ਦੇਖੋਗੇ ਕਿ ਉਹ ਸਾਰਾ ਮੈਗਨੇਟ ਬਿਲਕੁਲ ਕਲੀਨ ਹੋ ਗਿਆ। ਜੋ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਸੀ ਉਹ ਸਭ ਤੁਸੀਂ ਉਤਾਰ ਦਿੱਤੀਆਂ ਆਪਣੇ ਉੱਪਰੋਂ। ਅਤੇ ਜਿਵੇਂ ਹੀ ਤੁਸੀਂ ਉਹ ਸਭ ਛੱਡਿਆ ਅਤੇ ਜਿਵੇਂ ਹੀ ਉਹ ਮੈਗਨੇਟ ਕਲੀਨ ਹੋਇਆ, ਤਾਂ ਹੁਣ ਉਹ ਸਭ ਚੀਜ਼ਾਂ ਜੋ ਤੁਹਾਡੀ ਲਾਈਫ ਵਿੱਚ ਆਉਣ ਲਈ ਤਤਪਰ ਸੀ, ਉਹ ਸਭ ਬ੍ਰਸ਼ ਕਰਕੇ ਉਸ ਮੈਗਨੇਟ ਨਾਲ ਚਿਪਕ ਗਈਆਂ।
जो हैप्पीनेस तुहानूं चाहीदी सी, जो मनी तुहानूं चाहीदी सी, जो लव तुहानूं चाहीदा सी। क्योंकि जिवें ही स्पेस खाली होई, अनवांटेड चीज़ां सब बाहर गईयां, वही वांटेड चीज़ां सब जिवें स्पेस मिली वो इंतज़ार ही कर रही सी कि कदों तुसी वो सब छड़ो ते कदों जो असी तुहाडे कोल आईए। तो जिहड़ियां चीज़ां नूं तुसी चाह रहे हो वो भी तुहानूं चाह रही ने, ते पर तुसी उन्हां लई सिर्फ स्पेस बनानी है। तुसी जो तुहानूं नहीं चाहीदा उहनूं छड़ना है तां उन्हां लई स्पेस बन जाएगी जो तुहानूं चाहीदा होएगा। तो फील करो कि वो सब क्लीन हो गया ते हुण उहदी जगह ते रश करके इकदम वो सारियां चीज़ां आ गईयां जो तुहानूं चाहीदियां सी। ते तुसी इन्ना रिलीफ, इन्ना रिलैक्स, इन्ना लाइट फील करदे हो ते अपने आप नूं उस कामनेस विच लेंदे जा। मीन्स असी जिवें ही लैट गो किया उवें ही लैट इन हो गया। सो किन्ना सिंपल ये है जो अपने सबकॉन्शियस नूं आपां एक मैसेज ही देना है कि जो चीज़ां मैनूं होल्ड करन वालियां नहीं है उसनूं जान दिता जावे ते जो तुहानूं चाहिदा होएगा वो अपने आप आ जाएगा। हुण तुसी आराम नाल अपनी आईज खोल सकते हो ते उस लाइटनैस नूं अपने अंदर फील कर सकते हो। थैंक यू।